ਸਬਸਕ੍ਰਾਈਬ ਕਰੋ NC7 ਨਿਊਜ਼ ਨੂੰ ਤੇ ਲੇਟੈਸਟ ਅਪਡੇਟ ਪਾਉਣ ਲਈ ਪ੍ਰੈਸ ਕਰੋ ਬੈਲ ਆਈਕਨ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ। ਕਰਤਾਰਪੁਰ ਸਾਹਿਬ ਲਾਂਘਾ ਖੁੱਲਣ ਨਾਲ ਜਿੱਥੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਹੋਵੇਗੀ, ਉੱਥੇ ਆਰਥਿਕ ਤੰਗੀ ਦਾ ਸ਼ਿਕਾਰ ਹੋਏ ਪਾਕਿਸਤਾਨ ਨੂੰ ਵੱਡੀ ਰਾਹਤ ਮਿਲੇਗੀ। ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਤੋਂ ਪਾਕਿਸਤਾਨ ਸਰਵਿਸ ਫੀਸ ਦੇ ਆਧਾਰ ਤੇ $20 ਪ੍ਰਤੀ ਵਿਅਕਤੀ ਵਸੂਲੇਗਾ। ਜਾਣਕਾਰੀ ਮੁਤਾਬਿਕ ਹਰ ਸਾਲ 18 ਲੱਖ ਸ਼ਰਧਾਲੂ ਜਾਣਗੇ ਤਾਂ ਪਾਕਿਸਤਾਨ ਨੂੰ ਫੀਸ ਦੇ ਰੂਪ ਵਿੱਚ 260 ਕਰੋੜ ਰੁਪਏ ਮਿਲਣਗੇ। ਪਾਕਿਸਤਾਨ ਨੇ ਰੋਜ਼ਾਨਾ 5,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਵਿੱਚ ਮੱਥਾ ਟੇਕਣ ਦੀ ਇਜਾਜ਼ਤ ਦਿੱਤੀ ਹੈ। ਇਸ ਹਿਸਾਬ ਨਾਲ ਪਾਕਿਸਤਾਨ ਨੂੰ ਪ੍ਰਤੀ ਵਿਅਕਤੀ $20 ਫੀਸ ਰਾਹੀਂ ਹਰ ਸਾਲ 570 ਕਰੋੜ ਰੁਪਏ ਦੀ ਆਮਦਨੀ ਹੋਵੇਗੀ। ਭਾਰਤੀ ਰੁਪਏ ਦੇ ਹਿਸਾਬ ਨਾਲ 260 ਕਰੋੜ ਬਣਦਾ ਹੈ। ਪਾਕਿਸਤਾਨ ਸਰਕਾਰ ਸਰਵਿਸ ਫੀਸ ਮਾਫ਼ ਨਹੀਂ ਕਰਦੀ ਤਾਂ ਭਾਰਤ ਤੋਂ ਹਰ ਸਾਲ 270 ਕਰੋੜ ਰੁਪਏ ਪਾਕਿਸਤਾਨ ਨੂੰ ਜਾਣਗੇ। ਸਿੱਖ ਸ਼ਰਧਾਲੂ ਬਿਨਾਂ ਵੀਜ਼ਾ ਦਰਸ਼ਨ ਕਰ ਸਕਣਗੇ ਪਰ ਪਾਸਪੋਰਟ ਦਿਖਾਉਣਾ ਹੋਵੇਗਾ। ਯੂ ਆਰ ਵਾਚਿੰਗ NC7 ਨਿਊਜ਼, ਹਰ ਖਬਰ ਤੇ ਨਜ਼ਰ।